ਇਹੋ ਜਿਹੇ ਬਹੁਤ ਅੱਛਾ ਝਾਂਜਰ ਟੀ ਵੀ ਸ਼ੋਅ ਦੇ ਇੰਟਰਵਿਊ ਸੈਕਸ਼ਨ ਦੇ ਵਿੱਚ ਤੁਸੀਂ ਵੇਖ ਰਹੇ ਹੋ ਇੰਦਰਜੀਤ ਹਸਨਪੁਰੀ ਦੇ ਨਾਲ ਇੰਟਰਵਿਊ ਜੋ ਅਸੀਂ ਉਹਨਾਂ ਦੇ ਜਦੋਂ ਕੈਨੇਡਾ ਆਏ ਸੀ ਅਸੀਂ ਉਹਨਾਂ ਨਾਲ ਖੁੱਲ੍ਹੀ ਗੱਲਬਾਤ ਕੀਤੀ ਸੀ ਇਸ ਇੰਟਰਵਿਊ ਨੂੰ ਅਸੀਂ ਐਡਿਟ ਕੀਤਾ ਹੈ ਕੁਛ ਗੱਲਾਂ ਅਜਿਹੀਆਂ ਵੀ ਹਨ ਜੋ ਇਸ ਇੰਟਰਵਿਊ 'ਚ ਨਹੀਂ ਆਈਆਂ ਹਨ ਇੰਦਰਜੀਤ ਹਸਨਪੁਰੀ ਹੁਣ ਜਿੱਥੇ ਸਾਡੇ ਖਿਆਲਾਂ ਦੇ ਇਸ ਦੁਨੀਆ ਦੇ ਵਿੱਚ ਇੱਕ ਧਰੂ ਤਾਰੇ ਵਾਂਗੂ ਚਮਕਦਾ ਰਹੇਗਾ ਅਤੇ ਹਮੇਸ਼ਾ ਹੀ ਸਾਡੀਆਂ ਯਾਦਾਂ ਦੇ ਵਿੱਚ ਉਸਦੇ ਗੀਤ ਅਤੇ ਉਸਦੀਆਂ ਫਿਲਮਾਂ ਘੁੰਮਦੀਆਂ ਰਹਿਣਗੀਆਂ ਇਸ ਵਾਰ ਅਸੀਂ ਉਸੇ ਹੀ ਇੰਟਰਵਿਊ ਦਾ ਆਖਰੀ ਭਾਗ ਲੈ ਕੇ ਪੇਸ਼ ਹੋਏ ਹਾਂ ਅਤੇ ਸਾਡੀ ਇੱਕ ਕੋਸ਼ਿਸ਼ ਸੀ ਉਸ ਮਹਾਨ ਗੀਤਕਾਰ ਫਿਲਮਕਾਰ ਨੂੰ ਇੱਕ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਤੁਹਾਡੇ ਅੱਗੇ ਪੇਸ਼ ਕਰਨਾ ਅਤੇ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਇਹ ਇੰਟਰਵਿਊ ਪਸੰਦ ਆਈ ਹੋਵੇਗੀ ਕਿਉਂਕਿ ਇਹ ਸਾਡਾ ਪਹਿਲਾ ਮੌਕਾ ਸੀ ਜਦੋਂ ਅਸੀਂ ਉਹਨਾਂ ਨੂੰ ਇਸ ਕੈਨੇਡਾ ਆਉਣ ਤੋਂ ਬਾਅਦ ਇੰਟਰਵਿਊ ਕਰਕੇ ਤੁਹਾਡੇ ਲਈ ਪੇਸ਼ ਕਰ ਸਕੇ ਹਾਂ ਲਓ ਪੇਸ਼ ਹੈ ਉਸੇ ਹੀ ਇੰਟਰਵਿਊ ਦਾ ਆਖਰੀ ਭਾਗ ਅਤੇ ਜਿਹੜੀ ਇਹ ਤੁਹਾਡੀ ਸਟਾਰਟਿੰਗ ਹੋਈ ਜਿਵੇਂ ਆਪਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਸੀ ਆਪਣੇ ਘਰ ਦੇ ਵਿੱਚ ਕੋਈ ਸੀ ਜਿਹਨੂੰ ਇਹ ਜਿੱਥੋਂ ਤੁਹਾਨੂੰ ਮਤਲਬ ਇਹ ਮਿਲਿਆ ਮੇਰੇ ਫਾਦਰ ਨੂੰ ਬਹੁਤ ਸ਼ੌਕ ਸੀ ਸੁਣਨ ਦਾ ਅੱਛਾ ਜੀ ਔਰ ਕਿਸੇ ਪੜ੍ਹਨ ਦਾ ਸਾਡੇ ਘਰ ਗ੍ਰਾਮੋਫੋਨ ਮਸ਼ੀਨ ਹੁੰਦੀ ਸੀਗੀ ਅਤੇ ਉੱਥੇ ਤਵਾ ਲਾ ਲੈਂਦੇ ਸੀ ਆਪਣਾ ਜੀ ਅਤੇ ਉਹ ਸੁਣਦੇ ਹੁੰਦੇ ਸੀਗੇ ਅਤੇ ਮੈਂ ਉੱਥੇ ਬੈਠਾ ਆਪਣੇ ਵੱਲੋਂ ਤਾਂ ਕੈਦਾ ਖੋਲ੍ਹ ਕੇ ਬੈਠੇ ਹੋਣਾ ਉਹਨਾਂ ਨੇ ਸਮਝਣਾ ਪੜ੍ਹਦਾ ਪਰ ਮੇਰਾ ਧਿਆਨ ਗੀਤਾਂ ਵਿੱਚ ਹੁੰਦਾ ਸੀਗਾ ਉਹ ਸੁਣਦੇ ਰਹਿਣਾ ਹਾਂ ਅਤੇ ਮੈਂ ਸਾਡੇ ਘਰ ਦੇ ਕੋਲੇ ਅਸੀਂ ਦਿੱਲੀ ਰਹੇ ਹਾਂ ਦਿੱਲੀ ਫਾਦਰ ਮੇਰੇ ਠੇਕੇਦਾਰ ਸੀਗੇ ਅਤੇ ਘਰ ਤੋਂ ਬਿਲਕੁਲ ਨੇੜੇ ਹੀ ਮੇਰਾ ਸਿਨੇਮਾ ਸੀਗਾ ਐਵੇਂ ਸਮਝੋ ਵੀ ਅੱਧਾ ਮਿੰਟ ਵੀ ਨਹੀਂ ਸੀ ਲੱਗਦਾ ਅਤੇ ਅਸੀਂ ਬਸ ਸਕੂਲ ਦੇ ਬਹਾਨੇ ਸਕੂਲੋਂ ਭੱਜ ਜਾਣਾ ਫਿਲਮ ਦੇਖਣ ਚਲੇ ਜਾਣਾ ਅਤੇ ਫਿਲਮਾਂ 'ਚ ਸਿਨੇਮੇ 'ਚ ਹੀ ਬੈਠੇ ਰਹੇ ਸੀ ਸਾਰਾ ਸਾਰਾ ਦਿਨ ਅਤੇ ਇਸੇ ਤਰ੍ਹਾਂ ਹੀ ਬਸ ਸ਼ੌਕ ਜਿਹੜਾ ਸੀਗਾ ਉਹ ਦਿਨ ਵੱਧਦਾ ਚਲਿਆ ਗਿਆ ਨਾਲ ਨਾਲ ਫਿਰ ਲਿਖਣਾ ਸ਼ੁਰੂ ਸਕੂਲ ਦੇ ਵਿੱਚ ਕੋਈ ਕਿਸੇ ਦਾ ਗੀਤ ਫੜਿਆ ਉਹਦੇ 'ਚ ਇੱਕ ਅੱਖਰ ਆਪਦਾ ਪਾ ਲਿਆ ਅਤੇ ਉਹ ਸੁਣਾ ਦਿੱਤਾ ਉੱਥੇ ਹੌਸਲਾ ਹੋਇਆ ਮਾਸਟਰਾਂ ਨੇ ਫਿਰ ਥੋੜ੍ਹਾ ਹੌਸਲਾ ਦਿੱਤਾ ਬਸ ਚੱਲਦੇ ਰਹੇ ਅੰਦਰੇ ਅੰਦਰ ਵਿੱਚੇ ਵਿੱਚੇ ਫਿਰ ਮਜ਼ਾਕ ਵੀ ਉੱਡਦੇ ਰਹੇ ਜਦੋਂ ਥੋੜ੍ਹੇ ਵੱਡੇ ਹੋ ਗਏ ਜਿਵੇਂ ਤੁਸੀਂ ਥੋੜ੍ਹੀ ਜਿਹੀ ਗੱਲ ਵਿੱਚ ਦੀ ਕੀਤੀ ਸੀਗੀ ਮੈਨੂੰ ਯਾਦ ਆ ਗਈ ਕਿ ਤੁਸੀਂ ਪੇਂਟਿੰਗ ਕਰਦੇ ਹੁੰਦੇ ਸੀ ਹਾਂਜੀ ਇਹਦੇ ਬਾਰੇ ਥੋੜ੍ਹਾ ਜਿਹਾ ਖੁਲਾਸਾ ਕਰੋ ਉਹ ਗੱਲ ਇਹ ਆ ਵੀ ਇਹ ਬੜੀ ਲੰਬੀ ਛੋਟੀ ਗੱਲ ਆ ਵੀ ਫਾਦਰ ਮੇਰੇ ਠੇਕੇਦਾਰ ਸੀ ਜੀ ਔਰ ਬਹੁਤ ਵੱਡਾ ਕੰਮ ਸੀ ਸਾਡਾ ਦਿੱਲੀ 'ਚ ਤੁਸੀਂ ਸਮਝੋ ਵੀ ਸ਼ਹਿਜ਼ਾਦਿਆਂ ਵਰਗੀ ਜ਼ਿੰਦਗੀ ਮੈਂ 15 ਸਾਲ ਦੀ ਉਮਰ ਤੱਕ ਕੱਟੀ ਉਹਨਾਂ ਦੀ 47 ਵਿੱਚ ਡੈਥ ਹੋ ਗਈ ਅਤੇ ਸਾਡੇ ਭਾਅ ਦਾ ਇੱਧਰ ਹੀ ਪਾਕਿਸਤਾਨ ਬਣ ਗਿਆ ਅਤੇ ਸਾਡਾ ਸਭ ਕੁਝ ਜਿਹੜਾ ਸੀਗਾ ਉਹ ਉੱਥੇ ਸਾਡੇ ਜਿਹੜੇ ਨੇੜਲੇ ਸੀਗੇ ਉਹਨਾਂ ਸਾਰਿਆਂ ਨੇ ਖਾ ਪੀ ਲਿਆ ਅਤੇ ਅਸੀਂ ਮੈਂ ਮੇਰੀ ਮਾਂ ਅਤੇ 3 ਭੈਣਾਂ ਅਸੀਂ ਪਿੰਡ ਜਿਹੜਾ ਮਕਾਨ ਸਾਡਾ ਸੀਗਾ ਸਾਨੂੰ ਉੱਥੇ ਆਉਣਾ ਪੈ ਗਿਆ ਔਰ ਸਾਡੇ ਕੋਲ ਕੋਈ ਸੋਰਸ ਆਫ ਇਨਕਮ ਹੈ ਨਹੀਂ ਸੀ ਅਤੇ ਇਸ ਕਰਕੇ ਫਿਰ ਉੱਥੋਂ ਮੈਂ ਮਤਲਬ ਹੀਰੋ ਪੈਦਾ ਹੋਏ ਫਿਰ 0 ਹੋ ਗਏ ਅਤੇ 0 ਤੋਂ ਫਿਰ ਸ਼ੁਰੂ ਕੀਤਾ ਫਿਰ ਮੈਂ ਪੇਂਟਿੰਗ ਤੋਂ ਕੰਮ ਸ਼ੁਰੂ ਕੀਤਾ ਪਹਿਲਾਂ ਪੇਂਟਿੰਗ ਕੀਤੀ ਨੌਕਰੀ ਕੀਤੀ ਫਿਰ ਆਪਣੀ ਦੁਕਾਨ ਪਾਈ ਫਿਰ ਹੌਲੀ ਹੌਲੀ ਗੀਤਾਂ ਗੀਤ ਨਾਲ ਨਾਲ ਚੱਲਦੇ ਰਹੇ ਗੀਤਾਂ ਦੀ ਕਾਪੀ ਹਮੇਸ਼ਾ ਕੋਲ ਰਹਿੰਦੀ ਸੀ ਬਸ ਫਿਰ ਉਹ ਮੌਕਾ ਮਿਲਿਆ ਜਿਵੇਂ ਤੁਹਾਨੂੰ ਦੱਸਿਆ ਵੀ ਬਖਸ਼ੀ ਹੋਣਾ ਦੀ ਗੱਲ ਉਹਨਾਂ ਤੋਂ ਗੀਤ ਰਿਕਾਰਡ ਹੋ ਗਿਆ ਤੁਸੀਂ ਹੁਣ ਕੈਨੇਡਾ ਆਏ ਹੋ ਇੱਥੋਂ ਦੇ ਬਹੁਤ ਸਾਰੇ ਰਾਈਟਰਸ ਨੂੰ ਮਿਲੇ ਹੋ ਕਈ ਤੁਹਾਡੇ ਸਮਕਾਲੀ ਹਨ ਜਿਹਨਾਂ ਤੁਸੀਂ ਪੁਰਾਣਾ ਜਾਣਦੇ ਹੋ ਤੁਹਾਡੇ ਨਾਲ ਲਿਖਦੇ ਰਹੇ ਹਨ ਹੁਣ ਜਿਹੜੇ ਇੱਥੇ ਆ ਕੇ ਤੁਸੀਂ ਹੋਰ ਵੀ ਦੂਸਰੇ ਰਾਈਟਰਸ ਨੂੰ ਮਿਲੇ ਹੋ ਕੀ ਸਮਝਦੇ ਹੋ ਇੱਥੋਂ ਦੇ ਰਾਈਟਰਸ ਤੋਂ ਕਿ ਉਹ ਪੰਜਾਬ ਦੇ ਬਨਸਪਤ ਇੱਥੇ ਕਿੱਥੇ ਕੁ ਖੜ੍ਹੇ ਹਨ ਕੀ ਕੰਮ ਕਰ ਰਹੇ ਹਨ ਠੀਕ ਕਰ ਰਹੇ ਹਨ ਜੀ ਨਹੀਂ ਅੱਛਾ ਕੰਮ ਹੋ ਰਿਹਾ ਹੈਗਾ ਮੈਂ ਪੇਪਰ ਵਗੈਰਾ ਦੇਖਦਾ ਰਹਿੰਦਾ ਪੇਪਰਾਂ 'ਚ ਵੀ ਲੋਕ ਸੁਣੇ ਆ ਵੀ ਇਹ ਦੋਸਤਾਂ ਨੂੰ ਮੈਂ ਸਮਝਦਾ ਇਹ ਸਾਡੇ ਨਾਲੋਂ ਚੰਗੇ ਨੇ ਜਿਹੜੇ ਪੰਜਾਬ ਤੋਂ ਇੰਨੀ ਦੂਰ ਰਹਿ ਕੇ ਵੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਔਰ ਇੰਨਾ ਵਧੀਆ ਕੰਮ ਕਰ ਰਹੇ ਨੇ ਕਿਸੇ ਗੱਲੋਂ ਪੰਜਾਬੀਆਂ ਨਾਲੋਂ ਘੱਟ ਨਹੀਂ ਹੈਗੇ ਪੰਜਾਬ ਦੇ ਰਾਈਟਰਾਂ ਨਾਲੋਂ ਹਸਨਪੁਰੀ ਸਾਹਿਬ ਜਿੱਥੇ ਅਸੀਂ ਇਹ ਆਪਣੀ ਜਿਹੜੀ ਗੱਲਬਾਤ ਹੈ ਸੱਭਿਆਚਾਰ ਬਾਰੇ ਪੰਜਾਬੀ ਕਲਚਰ ਬਾਰੇ ਗੀਤਕਾਰੀ ਬਾਰੇ ਫਿਲਮ ਲਿਖਣੀ ਬਾਰੇ ਫਿਲਮ ਪ੍ਰੋਡਕਸ਼ਨ ਬਾਰੇ ਤੁਹਾਡੇ ਨਾਲ ਕੀਤੀ ਆ ਇਹ ਜਿੱਥੇ ਸਾਨੂੰ ਇਹ ਪਤਾ ਲੱਗਿਆ ਅਸੀਂ ਝਾਤ ਮਾਰੀ ਆ ਤੁਹਾਡੀ ਜ਼ਿੰਦਗੀ ਦੇ ਸਫ਼ਰ 'ਤੇ ਇਹ ਸਾਡੇ ਨੌਜਵਾਨਾਂ ਲਈ ਸਾਡੇ ਆਉਣ ਵਾਲੀ ਪੀੜ੍ਹੀ ਲਈ ਜਿੱਥੇ ਸਿਹਤ ਦਾ ਕਾਰਨ ਬਣੇਗੀ ਉੱਥੇ ਉਹਨਾਂ ਨੂੰ ਇਹ ਵੀ ਪਤਾ ਲੱਗੇਗਾ ਕਿ ਇਹ ਜੋ ਫੀਲਡ ਹੈ ਇਸ ਵਿੱਚ ਕੰਮ ਕਰਨਾ ਵੀ ਇੰਨਾ ਆਸਾਨ ਨਹੀਂ ਹੈ ਜਿੰਨਾ ਕਿ ਆਪਾਂ ਸਮਝਦੇ ਹਾਂ ਉਸ ਵਿੱਚ ਮਿਹਨਤ ਦੀ ਲੋੜ ਹੈ ਗੁਰੂ ਦੀ ਲੋੜ ਹੈ ਸਿੱਖਿਆ ਦੀ ਲੋੜ ਹੈ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆ ਕੇ ਆਪਣੀ ਜ਼ਿੰਦਗੀ 'ਤੇ ਆਪਣੇ ਕੰਮ ਬਾਰੇ ਅਤੇ ਆਪਣੇ ਉਹਨਾਂ ਵਿਚਾਰਾਂ ਦੀ ਝਾਤ ਮਾਰਨ ਦਾ ਸਾਨੂੰ ਮੌਕਾ ਦਿੱਤਾ ਇੱਕ ਵਾਰੀ ਤੁਹਾਡਾ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਦੇਖਣ ਵਾਲਿਆਂ ਦਾ ਸੁਣਨ ਵਾਲਿਆਂ ਦਾ ਵੀ ਧੰਨਵਾਦ ਬਹੁਤ ਬਹੁਤ ਸ਼ੁਕਰੀਆ